ਸੋ ਆਪ ਦੀ ਨਜ਼ਰ ਜਨਾਬ ਗੁਰਦਿਆਲ ਰੋਸ਼ਨ ਸਾਹਿਬ ਪਲੀਜ਼ ਇਹਨਾਂ ਦੇ ਲਈ ਜ਼ੋਰ ਜ਼ੋਰ ਦੋਸਤੋ ਸਾਡੇ ਪੁਰਾਣੇ ਮਿੱਤਰ ਸਿੱਧੂ ਸਾਹਿਬ ਮਿਲੇ ਬਹੁਤ ਅਬਾਰ ਖੁਸ਼ੀ ਹੋਈ ਬਹੁਤ ਵਧੀਆ ਕਲਾਕਾਰ ਬਹੁਤ ਰੂਹਦਾਰ ਵਿਅਕਤੀ ਸ਼ਖਸੀਅਤ ਬਹੁਤ ਚੰਗਾ ਲੱਗਿਆ ਹੋਰ ਵੀ ਬੰਦੇ ਕਾਫੀ ਜਾਣ ਪਹਿਚਾਣ ਵਾਲੇ ਹੋਣੇ ਮੈਂ ਬਾਅਦ ਵਿੱਚ ਮਿਲਣ ਦੀ ਕੋਸ਼ਿਸ਼ ਕਰਾਂਗਾ ਤੁਸੀਂ ਯਕੀਨ ਮੰਨੋ ਕਿ ਡੋਗਰਾ ਸਾਹਿਬ ਨੂੰ ਸੁਣ ਕੇ ਮੈਨੂੰ ਕੁਛ ਆਪਣੇ ਸ਼ਬਦ ਬੋਨੇ ਬੋਨੇ ਲੱਗੇ ਕਿ ਮੈਂ ਤਾਂ ਕੁਛ ਵੀ ਨਹੀਂ ਲਿਖਿਆ ਇੰਨਾ ਇਹਨਾਂ ਦੀ ਆਵਾਜ਼ ਦੇ ਵਿੱਚ ਜਾਦੂ ਹੈ ਮੈਂ ਇਹਨਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਬਹੁਤ ਚੰਗਾ ਲੱਗਿਆ ਸੰਜੀਦਾ ਗਾਇਕੀ ਨੂੰ ਗਾਉਣ ਵਾਲੇ ਵੀ ਬਹੁਤ ਘੱਟ ਵਾ ਸੁਣਨ ਵਾਲੇ ਵੀ ਘੱਟ ਵਾ ਇਹ ਪਤਾ ਨਹੀਂ ਸਾਡੀ ਜਿਹੜੀ ਪੰਜਾਬ ਦੀ ਗਾਇਕੀ ਹੈਗੀ ਹੈ ਇਹ ਕਿਸ ਦਿਸ਼ਾ ਵੱਲ ਨੂੰ ਜਾ ਰਹੀ ਹੈ ਉਹ ਮੈਂ ਗੱਲ ਨੂੰ ਬਹੁਤਾ ਲੰਬਾ ਵੀ ਨਹੀਂ ਕਰਨਾ ਚਾਹੁੰਦਾ ਕਈ ਇਸ ਤਰ੍ਹਾਂ ਦੇ ਗੀਤ ਮੈਂ ਦਰਅਸਲ ਸੇਵਾ ਕਰਦਾ ਰਿਹਾ ਸਿੱਖਿਆ ਵਿਭਾਗ ਦੇ ਵਿੱਚ ਬੱਸ ਵਿੱਚ ਜਾਣਾ ਪੈਂਦਾ ਸੀ ਅਤੇ ਉਹ ਬੱਸ ਵਿੱਚ ਬੈਠਿਆ ਹੋਇਆ ਕੰਨਾਂ ਦੇ ਵਿੱਚ ਮੱਲੋ ਮੱਲੀ ਉਹ ਗੀਤ ਸੁਣਦੇ ਸੀ ਮੈਨੂੰ ਉਲਾਦਾਂ ਦੇ ਬੱਸਾਂ ਵਾਲੇ ਇੱਕ ਗੀਤ ਚੱਲ ਰਿਹਾ ਸੀ ਕਿ ਤੂੰ ਮੋਰਨੀ ਵਾਂਗੂ ਪਹਿਲਾਂ ਜਾਵੇ ਪਾਉਂਦੀ ਨਹੀਂ ਮੈਂ ਆਪਣੇ ਆਪ 'ਤੇ ਮੁਸਕਰਾਇਆ ਵੀ ਜਿਨ ਲਿਖਿਆ ਵੀ ਉਹਤੇ ਉਹਦੇ ਉੱਪਰ ਵੀ ਮੁਸਕਰਾਇਆ ਅਤੇ ਜਿਨ ਗਾਇਆ ਉਹਦੇ 'ਤੇ ਵੀ ਉਹਨੂੰ ਭਲੇ ਮਾਨਸ ਨੂੰ ਨਾ ਲਿਖਣ ਵਾਲੇ ਨੂੰ ਇਸ ਗੱਲ ਦਾ ਪਤਾ ਨਾ ਗਾਉਣ ਵਾਲੇ ਨੂੰ ਪਤਾ ਕਿ ਮੋਰਨੀ ਪਹਿਲ ਨਹੀਂ ਪਾਉਂਦੀ ਇੱਕ ਹੋਰ ਸੀਗਾ ਕਿ ਸ਼ਹਿਰ ਤੇਰੇ ਦੀਆਂ ਯਾਦਾਂ ਚੇਤੇ ਆਉਣਗੀਆਂ ਮੈਂ ਸੋਚਿਆ ਕਿ ਇਹ ਯਾਦਾਂ ਚੇਤੇ ਆਉਣਗੀਆਂ ਇਹਦਾ ਕੀ ਮਤਲਬ ਹੋਇਆ ਸ਼ਹਿਰ ਤੇਰੇ ਦੀਆਂ ਯਾਦਾਂ ਆਉਣਗੀਆਂ ਤਾਂ ਮੰਨਿਆ ਜਾ ਸਕਦਾ ਯਾਦਾਂ ਚੇਤੇ ਆਉਣਗੀਆਂ ਦਾ ਕੀ ਮਤਲਬ ਹੋਇਆ ਇਹਦਾ ਦੁਹਰਾਓ ਹੋ ਗਿਆ ਤਕਨੀਕੀ ਤੌਰ 'ਤੇ ਬਹੁਤ ਗਲਤੀਆਂ ਕਈ ਜਿਹੜੇ ਨਾਮਵਰ ਗਾਇਕ ਵੀ ਹੈਗੇ ਉਹਨਾਂ ਦੇ ਗੀਤ ਚੋਣ ਦੇ ਵਿੱਚ ਵੀ ਗਲਤੀਆਂ ਹੁੰਦੀਆਂ ਉਹਨੇ ਗਾਇਆ ਵੀ ਇਸ ਤਰੀਕੇ ਨਾਲ ਹੁੰਦਾ ਕਿ ਜਿਹੜੀ ਓਪਰੀ ਸਤਾ ਵਾਲੀ ਵਾਹਵਾ ਹੈ ਸਾਨੂੰ ਪ੍ਰਾਪਤ ਹੋ ਸਕੇ ਲੇਕਿਨ ਮੈਨੂੰ ਅੱਜ ਅਤਿਅੰਤ ਸੰਤੁਸ਼ਟੀ ਹਾਸਲ ਹੋਈ ਹੈ ਬਹੁਤ ਹੀ ਚੰਗਾ ਲੱਗਿਆ ਡੋਗਰਾ ਸਾਹਿਬ ਨੂੰ ਸੁਣ ਕੇ ਮੈਂ ਫਿਰ ਦੁਬਾਰਾ ਰਿਪੀਟ ਕਰ ਰਿਹਾ ਕਿ ਮੈਨੂੰ ਆਪਣੇ ਸ਼ਬਦ ਜਿਹੜੇ ਹੈ ਉਹ ਬਹੁਤ ਛੋਟੇ ਛੋਟੇ ਲੱਗੇ ਇਹਨਾਂ ਦੀ ਆਵਾਜ਼ ਦੇ ਮੋਹਰੇ ਇਹਨੀ ਕਮਾਲ ਦੀ ਗਾਇਕੀ ਹੈ ਅਤੇ ਮੈਂ ਬਹੁਤ ਬਹੁਤ ਵਧਾਈ ਦਿੰਦਾ ਇੱਕ ਮੈਂ ਸਭ ਨੂੰ ਅਪੀਲ ਕਰਦਾ ਕਿ ਇੱਦਾਂ ਦੇ ਗਾਇਕਾਂ ਨੂੰ ਪ੍ਰਮੋਟ ਕਰੋ ਇਹਨਾਂ ਦੇ ਪਿੱਛੇ ਖੜ੍ਹੇ ਹੋ ਇਹਨਾਂ ਨੂੰ ਮੌਕੇ ਪ੍ਰਦਾਨ ਕਰੋ ਤੁਸੀਂ ਕਿਤੇ ਪਾਕਿਸਤਾਨ ਦੀਆਂ ਸੀਡੀਜ਼ ਜਾਂ ਉੱਧਰਲੇ ਜਿਹੜਾ ਉਹ ਮਹਿਫਲਾਂ ਹੈਗੀਆਂ ਉਹਨਾਂ ਨੂੰ ਸੁਣੋ ਸੁਣ ਕੇ ਆਨੰਦ ਆ ਜਾਂਦਾ ਸਾਡੇ ਪੰਜਾਬ ਵਿੱਚ ਇਹ ਰਿਵਾਜ਼ ਅਸੀਂ ਸ਼ੁਰੂ ਨਹੀਂ ਕਰ ਸਕੇ ਸਿੱਧੂ ਸਾਹਿਬ ਨਾ ਸੰਜੀਦਾ ਗਾਇਕ ਮਿਲਦੇ ਆ ਨਾ ਸੰਜੀਦਾ ਲਿਖਾਰੀ ਵੀ ਹੈ ਨਹੀਂ ਜਿਹਨਾਂ ਨੂੰ ਗਾਇਆ ਜਾ ਸਕੇ ਅੱਜ ਕੱਲ੍ਹ ਜਿਹੜੀਆਂ ਗਜ਼ਲਾਂ ਵੀ ਲਿਖੀਆਂ ਜਾ ਰਹੀਆਂ ਉਹ ਇੰਨੀਆਂ ਬੌਧਕ ਬਣਾ ਦਿੱਤੀਆਂ ਗਈਆਂ ਇੰਨਾ ਅਸੀਂ ਬੌਧਕ ਲਿਖਣ ਲੱਗ ਪਿਆ ਪਤਾ ਨਹੀਂ ਕਿੱਧਰ ਨੂੰ ਜਾ ਰਹੇ ਹਾਂ ਕਿ ਉਹ ਉਹ ਘੱਟੋ ਘੱਟ ਮੈਨੂੰ ਕਈ ਵਾਰ ਸਮਝ ਨਹੀਂ ਆਉਂਦੀ ਸ਼ੇਰ ਹੈ ਠੀਕ ਹੈ ਉਹਦੇ ਵਿੱਚ ਬੌਧਕਤਾ ਵੀ ਹੋਣੀ ਚਾਹੀਦੀ ਆ ਲੇਕਿਨ ਉਹ ਇੱਕ ਜਿਹੜੇ ਸਾਡੇ ਨਾਇਕ ਨੇ ਸਾਡੀਆਂ ਨਾਇਕਾਵਾਂ ਨੇ ਸਾਡੇ ਵਿਲਨ ਨੇ ਉਹਨਾਂ ਨੂੰ ਸਾਡੇ ਖਿਆਲ ਉਹਨਾਂ ਤੱਕ ਪੁੱਜਣੇ ਚਾਹੀਦੇ ਆ ਜਿਹੜਾ ਕਿਸਾਨ ਹੈ ਅਸੀਂ ਕਿਸਾਨ ਬਾਰੇ ਲਿਖਦੇ ਹਾਂ ਮਜ਼ਦੂਰ ਬਾਰੇ ਲਿਖਦੇ ਹਾਂ ਜਾਂ ਆਪਣੇ ਕਿਸੇ ਪਿਆਰੇ ਬਾਰੇ ਲਿਖਦੇ ਹੈਗੇ ਹਾਂ ਸਾਡੀ ਗੱਲ ਉਹਨਾਂ ਤੱਕ ਕਨਵੇ ਹੋਣੀ ਚਾਹੀਦੀ ਹੈ ਉਹ ਇਹੋ ਜਿਹੀ ਰਚਨਾ ਹੀ ਗਾਈ ਜਾ ਸਕਦੀ ਹੈ ਸੋ ਡੋਗਰਾ ਸਾਹਿਬ ਦੁਬਾਰਾ ਇੱਕ ਵਾਰੀ ਫਿਰ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਟੈਗੋਰ ਥੀਏਟਰ ਵੀ ਮੈਂ ਸ਼ਾਇਦ ਜ਼ਿੰਦਗੀ 'ਚ ਪਹਿਲੀ ਵਾਰੀ ਆਇਆ ਕਿਉਂਕਿ ਮੈਂ ਨਿਕਲਦਾ ਵੀ ਬਹੁਤ ਘੱਟ ਵਾਂ ਇਹ ਵੀ ਇਹਨਾਂ ਦਾ ਕੋਈ ਜਾਦੂ ਚੱਲਿਆ ਮੇਰੇ 'ਤੇ ਕਿ ਮੈਂ ਪਹੁੰਚਿਆ ਅਤੇ ਬਹੁਤ ਹੀ ਆਨੰਦ ਆਇਆ ਬਹੁਤ ਹੀ ਆਨੰਦ ਮਹਿਸੂਸ ਕੀਤਾ ਮੈਂ ਫਿਰ ਸਾਰਿਆਂ ਨੂੰ ਅਪੀਲ ਕਰਦਾ ਕਿ ਇੱਦਾਂ ਦੀ ਜਿਹੜੀ ਗੰਭੀਰ ਗਾਇਕੀ ਹੈ ਸੰਜੀਦਾ ਗਾਇਕੀ ਹੈ ਸਾਨੂੰ ਇਹਦਾ ਹੌਸਲਾ ਵਧਾਉਣਾ ਚਾਹੀਦਾ ਇੱਦਾਂ ਦੀਆਂ ਮਹਿਫਲਾਂ ਹਰ ਸ਼ਹਿਰ ਵਿੱਚ ਹਰ ਕੋਨੇ ਵਿੱਚ ਲੱਗਣੀਆਂ ਚਾਹੀਦੀਆਂ ਮੈਂ ਆਸ ਕਰਦਾ ਕਿ ਜਿਹੜੀ ਸਾਡੇ ਇੱਥੇ ਸਿੱਧੂ ਸਾਹਿਬ ਹੁਣੀ ਬੈਠੇ ਆ ਹੋਰ ਕਈ ਬੰਦੇ ਨੁਮਾਇੰਦੇ ਬੈਠੇ ਹੋਣੇ ਆ ਜਿਨ੍ਹਾਂ ਦਾ ਸਰਕਾਰ ਦੇ ਨਾਲ ਥੋੜ੍ਹਾ ਬਹੁਤਾ ਰਾਬਤਾ ਹੈ
ਉਹ ਆਪਣੇ ਆਪਣੇ ਦਾਇਰੇ 'ਚ ਰਹਿ ਕੇ ਉਹਨਾਂ ਨੂੰ ਅਪੀਲ ਕਰਨ ਕਿ ਇੱਦਾਂ ਦੇ ਜਿਹੜੇ ਸਾਡੇ ਸਿੰਗਰ ਹੈਗੇ ਆ ਜਿਹੜੇ ਸਾਡੀ ਗਾਇਕੀ ਨੂੰ ਬਹੁਤ ਅਮੀਰ ਬਣਾ ਰਹੇ ਆ, ਸਾਡੀ ਜਿਹੜੀ ਅੱਛੀ ਸ਼ਾਇਰੀ ਹੈ ਉਹਨੂੰ ਉੱਪਰ ਉਠਾ ਰਹੇ ਆ, ਇਹਨਾਂ ਨੂੰ ਇਹਨਾਂ ਦੀ ਹੌਸਲਾ ਅਫਜ਼ਾਈ ਜਿਹੜੀ ਹੈਗੀ ਉਹ ਜ਼ਰੂਰ ਕੀਤੀ ਜਾਣੀ ਚਾਹੀਦੀ ਆ। ਅੰਤ ਵਿੱਚ ਮੈਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਅਤੇ ਡੋਗਰਾ ਸਾਹਿਬ ਦਾ ਵੀ ਜਿਹਨਾਂ ਦੀ ਬਦੌਲਤ ਮੈਨੂੰ ਬਹੁਤ ਵਧੀਆ ਵਧੀਆ ਜਿਹੜੇ ਸ਼ਖਸੀਅਤਾਂ ਹੈਗੀਆਂ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਹਾਂ, ਇੱਕ ਮੇਰੇ ਅਜੀਜ਼ ਕਮਲਜੀਤ ਕਮਰਾ ਉਲਫਤ ਬਾਜਵਾ ਸਾਹਿਬ, ਨਏ ਜਹਾਨ ਮੇਰਾ, ਨੌ ਜਹਾਨ ਮੇਰਾ, ਸਾਰੇ ਜਹਾਨ ਦਾ ਮੈਂ ਸਾਰਾ ਜਹਾਨ ਮੇਰਾ, ਉਹ ਇੱਕ ਵਾਰ ਮੈਨੂੰ ਕਹਿੰਦੇ ਕਿ ਰੋਸ਼ਨ ਤੂੰ ਪਗੜੀ ਲੈ ਕੇ ਆਈ ਕੱਲ੍ਹ ਨੂੰ, ਕੱਲ੍ਹ ਵਾਲੇ ਫੰਕਸ਼ਨ 'ਤੇ। ਮੈਂ ਕਿਹਾ ਪਗੜੀਆਂ ਤੇਰੇ ਕੋਲ ਇੰਨੀਆਂ, ਮੈਂ ਤੂੰ ਪਗੜੀ ਕਰਨੀ ਆ? ਕਹਿੰਦੇ ਤੂੰ ਲੈ ਕੇ ਆਈ, ਫਗਵਾੜੇ ਪ੍ਰੋਗਰਾਮ ਸੀ ਸਿੱਧੂ ਸਾਹਿਬ, ਉਹ ਕਹਿੰਦੇ ਆਪਾਂ ਪੱਗ ਵਟਾਉਣੀ ਆ, ਅਸੀਂ ਪੱਗਾਂ ਵਟਾਈਆਂ। ਅਤੇ ਉਹ ਬਹੁਤ ਜਲਦੀ ਚਲੇ ਗਏ, ਮੈਨੂੰ ਉਹਨਾਂ ਦਾ ਬਹੁਤ ਘਾਟਾ ਪਿਆ, ਮੈਂ 10 ਸਾਲ ਬਾਹਰ ਨਹੀਂ ਨਿਕਲਿਆ ਕਿਉਂਕਿ ਮੇਰਾ ਉਹਨਾਂ ਨਾਲ ਪਿਆਰ ਬਹੁਤ ਸੀ, ਅਸੀਂ ਸ਼ੁਰੂ ਤੋਂ ਇਕੱਠੇ ਗਜ਼ਲ ਲਿਖਣੀ ਸ਼ੁਰੂ ਕੀਤੀ, ਇਕੱਠੇ ਛਪੇ, ਇਕੱਠੇ ਬਹੁਤ ਕੁਛ ਕੀਤਾ। ਇਹ ਕਮਲਜੀਤ ਕਮਰ ਜਿਹੜਾ ਮੇਰਾ ਸ਼ਾਗਿਰਦ ਹੈ, ਹੁਣ ਜਾਨਸ਼ੀਨ ਵੀ ਆ, 15 ਸਾਲ ਪਹਿਲਾਂ ਇਹਦੀ ਜ਼ਮੀਨ ਉੱਥੇ 22-24 ਏਕੜ ਹੈਗੀ ਆ ਗੱਜਰ ਦੇ ਕੋਲ, ਸ਼ਿਵਾਲਕ ਦੀਆਂ ਪਹਾੜੀਆਂ ਦੇ ਵਿੱਚ। ਇਹ ਕਹਿੰਦਾ ਜੀ ਮੇਰਾ ਸੁਪਨਾ ਹੈ ਵੀ ਇੱਥੇ ਕੋਈ ਆਸ਼ਰਮ ਲੇਖਾਂ ਵਾਸਤੇ ਆਸ਼ਰਮ ਬਣਾਇਆ ਜਾਏ। ਉਹ ਮੈਨੂੰ ਤਾਂ, ਮੈਂ ਥੋੜ੍ਹਾ ਅੱਗੇ ਪਿੱਛੇ ਹੋਇਆ, ਇਹਨਾਂ ਨੇ ਆਪਸ ਵਿੱਚ ਬਾਜਵਾ ਸਾਹਿਬ ਅਤੇ ਇਹ ਕਮਰ ਨੇ ਸਲਾਹ ਮਸ਼ਵਰਾ ਕੀਤਾ ਵੀ ਤੂੰ ਆਪਣੇ ਉਸਤਾਦ ਦੇ ਨਾਂ 'ਤੇ ਰੱਖ ਦੇਣਾ ਇਹਦਾ ਨਾਂ। ਇਹਨਾਂ ਨੇ ਕੁਛ ਸੋਚ ਲਿਆ, ਇਹਨਾਂ ਨੇ ਰੋਸ਼ਨ ਕਲਾ ਕੇਂਦਰ ਰੱਖ ਦਿੱਤਾ। ਲੇਕਿਨ ਅਸੀਂ ਫਕਰ ਲੋਕ ਹਾਂ, ਸਾਨੂੰ ਕਿਸੇ ਸਨਮਾਨ, ਸਾਨੂੰ ਕਿਸੇ ਮਾਣ ਤਾਣ, ਸਾਨੂੰ ਕੁਛ ਨਹੀਂ ਲੋੜ। ਮੈਂ ਤਾਂ ਕਈ ਵਾਰੀ ਪ੍ਰਾਈਜ਼ ਨਹੀਂ, ਇਨਾਮ ਹੀ ਨਹੀਂ ਲੈਂਦਾ। ਹੁਣ ਪਿੱਛੇ ਜਿਹਾ ਮੈਨੂੰ ਕਹਿੰਦੇ ਤੁਹਾਨੂੰ 11,000 ਦਾ ਅਵਾਰਡ ਲੈਣਾ ਦੇਣਾ ਆ, ਮੈਂ ਨਹੀਂ ਲੈਣਾ, ਮੈਨੂੰ ਲੋੜ ਹੀ ਨਹੀਂ ਕਿਸੇ ਸਨਮਾਨ ਦੀ। ਮੈਂ ਤੋਂ ਵੱਡੇ ਵੱਡੀਆਂ ਸ਼ਖਸੀਅਤਾਂ ਬੈਠੀਆਂ, ਉਹਨਾਂ ਨੂੰ ਦਿਓ, ਬਜ਼ੁਰਗ ਬੈਠੇ ਸਾਡੇ, ਸਾਡਾ ਰਸਤਾ ਹੋਰ ਆ। ਅਸੀਂ ਦੁਨੀਆਦਾਰੀ ਛੱਡ ਚੁੱਕੇ ਹਾਂ, ਮੈਂ ਇਹਨੂੰ ਮਾਰ ਚੁੱਕੇ ਹਾਂ, ਸਨਮਾਨਾਂ ਤੋਂ ਦੂਰ ਹਾਂ, ਸਾਨੂੰ ਕੋਈ ਲਾਲਚ ਨਹੀਂ। ਇੰਗਲੈਂਡ ਮੈਂ ਪਿੱਛੇ ਜੇ ਜਾ ਕੇ ਆਇਆ, ਉਹ 4 ਸਾਲ ਤੋਂ ਮਗਰ ਲੱਗੇ ਸੀ, ਮੈਂ ਕਿਹਾ ਮੈਂ ਨਹੀਂ ਜਾਣਾ ਭਾਈ, ਮੇਰੇ ਕੋਲ ਟਾਈਮ ਨਹੀਂ ਹੈ। ਉਹ ਚੁੱਕ ਕੇ ਲਿਜਾਣ ਵਾਲੀ ਗੱਲ ਹੋ ਗਈ, ਉੱਥੇ ਕਿਤੇ ਮੌਲ ਵਿੱਚ ਲੈ ਕੇ ਜਾਣ, ਕਿਤੇ ਲੈ ਕੇ, ਉਸ ਅੱਜ ਕੀ ਲੈਣਾ ਤੁਹਾਨੂੰ, ਆਹ ਲੈ ਲਓ। ਮੈਂ ਕਿਹਾ ਅਸੀਂ ਤਾਂ ਭਾਈ ਦਾਲ ਫੁਲਕਾ ਛਕਣ ਵਾਲੇ ਬੰਦੇ ਹਾਂ, ਮੇਰੀਆਂ ਬੜੀਆਂ ਸੀਮਿਤ ਲੋੜਾਂ ਹੈਗੀਆਂ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਉਹ ਕਹਿੰਦੇ ਬੜੀ ਤੁਸੀਂ ਉਲਟ ਗੱਲ ਕਰਦੇ ਹੋ, ਇੱਥੇ ਜਿਹੜਾ ਵੀ ਰਾਈਟਰ ਆਉਂਦਾ, ਜਿਹੜਾ ਵੀ ਕੋਈ ਹੋਰ ਆਉਂਦਾ, ਕਹਿੰਦਾ ਸਾਨੂੰ ਤੁਸੀਂ ਸਮਾਨ ਲੈ ਕੇ ਦਿਓ, ਤੁਸੀਂ ਕਹਿੰਦੇ ਮੈਂ ਲੈਣਾ ਕੁਛ ਨਹੀਂ। ਸੋ ਮੈਂ ਇਹਨਾਂ ਨੂੰ ਬੇਨਤੀ ਕੀਤੀ, ਕਮਲਜੀਤ ਉਹਨਾਂ ਨੂੰ, ਕਿ ਇਹਦਾ ਨਾਂ ਤਬਦੀਲ ਕਰੋ, ਮੇਰੇ ਨਾਂ 'ਤੇ ਨਾ ਰੱਖੋ। ਮੈਂ ਵੈਸੇ ਵੀ ਅਜੇ ਜੀਵਿਤ ਹਾਂ, ਸਾਡੇ ਸਮਾਜ ਦੇ ਵਿੱਚ ਥੋੜ੍ਹੀ ਪਰੰਪਰਾ ਬਣੀਆਂ ਆ ਕਿ ਉਹ ਜਦੋਂ ਬੰਦਾ ਨਹੀਂ ਹੁੰਦਾ ਫਿਰ ਚੰਗਾ ਲੱਗਦਾ, ਜਿਹਦਾ ਜੀ ਚੰਗਾ ਨਹੀਂ ਲੱਗਦਾ ਉਹ। ਅਤੇ ਇਹ ਕਹਿੰਦੇ ਨਹੀਂ, ਇਹ ਬਾਜਵਾ ਸਾਹਿਬ ਦਾ ਕਿਹਾ ਹੋਇਆ ਵਚਨ ਹੈਗਾ, ਅਸੀਂ ਨਿਭਾਉਣਾ। ਇਹਨਾਂ ਨੂੰ ਉੱਥੇ ਉਹ ਰੋਸ਼ਨ ਕਲਾ ਕੇਂਦਰ ਬਣਾ ਦਿੱਤਾ। ਸਿੱਧੂ ਸਾਹਿਬ, ਤੁਹਾਨੂੰ ਮੈਂ ਸੰਬੋਧਿਤ ਹੋ ਕੇ ਗੱਲ ਕਰ ਰਿਹਾ, ਕਿਤੇ ਆਓ ਉੱਥੇ। ਮੈਂ ਤਾਂ ਖੈਰ, ਮੈਂ ਕਿਹਾ ਮੈਂ ਫਾਸਲਾ ਬਣਾ ਕੇ ਰੱਖਣਾ ਕਿਉਂਕਿ ਇਹਦਾ ਨਾਂ, ਇਹਦੇ ਨਾਲ ਮੇਰਾ ਨਾਂ ਜੁੜਿਆ ਆ, ਮੈਂ ਨਹੀਂ ਭਾਈ ਕੁਛ ਵੀ ਕਰ ਸਕਦਾ। ਸ਼ਾਇਦ ਮੈਂ ਕਿਸੇ ਨੂੰ ਇਹ ਹੋ ਜਾਵੇ ਕਿ ਇਹ ਮੈਂ ਹੀ ਕੋਈ ਪਲੈਨਿੰਗ ਕਰ ਰਿਹਾ। ਸੋ ਮੈਂ ਇੱਕ ਫਾਸਲਾ ਬਣਾ ਕੇ ਰੱਖਿਆ ਹੋਇਆ, ਲੇਕਿਨ ਇਸ ਗੱਲ ਦੀ ਮੈਨੂੰ ਖੁਸ਼ੀ ਆ, ਆਪਣੇ ਨਾਂ ਦੀ ਖੁਸ਼ੀ ਨਹੀਂ, ਖੁਸ਼ੀ ਇਸ ਗੱਲ ਦੀ ਆ ਕਿ ਜਿਹੜਾ ਇਹਨਾਂ ਦਾ ਮਨੋਰਥ ਆ ਉਹ ਕੀ ਹੈ। ਉੱਥੇ ਜਿਹੜਾ ਕੋਈ ਵੇਲੇ ਦਾ ਸਤਾਇਆ ਹੋਇਆ ਲੇਖਕ ਹੈ, ਕਲਾਕਾਰ ਹੈ, ਉੱਥੇ ਜਾ ਕੇ ਫਰੀ ਰਹਿ ਸਕਦਾ। ਪਹਾੜਾਂ ਦੇ ਵਿੱਚ ਲਾਗੇ ਹੈ ਗੜਸ਼ੰਕਰ ਤੋਂ 15-16 ਕਿਲੋਮੀਟਰ, ਉਹਨੂੰ ਖਾਣਾ ਫਰੀ ਮਿਲੇਗਾ, ਰਿਹਾਇਸ਼ ਫਰੀ ਹੋਵੇਗੀ, ਆਸੇ ਪਾਸੇ ਬਹੁਤ ਅੱਛਾ ਮਾਹੌਲ ਆ, ਚਾਹੇ ਉਹ ਗਾਵੇ ਚਾਹੇ ਉਹ ਲਿਖੇ। ਸੋ ਇਹ ਗੱਲ ਮੈਨੂੰ ਇਹਨਾਂ ਦੀ ਬਹੁਤ ਪਸੰਦ ਆਈ ਆ। ਉੱਥੇ ਕੋਈ ਵੀ ਜਿਹੜਾ ਕਲਾ ਨਾਲ ਸੰਬੰਧਿਤ ਕਲਾਕਾਰ ਹੈ, ਚਾਹੇ ਉਹ ਗਾਇਕ ਹੈ, ਲੇਖਕ ਹੈ, ਉੱਥੇ ਜਾ ਕੇ ਉਹ ਰਹਿ ਸਕਦਾ, ਔਰ ਮਾਣ ਦੇ ਨਾਲ, ਇੱਜ਼ਤ ਦੇ ਨਾਲ ਉਹਨੂੰ ਉੱਥੇ ਪੂਰਾ ਸਨਮਾਨ ਮਿਲੇਗਾ। ਅਤੇ ਖਾਣਾ ਵੀ ਉੱਥੇ ਫਰੀ ਕਰ ਰਹੇ ਹੈ, ਖਾਣਾ ਉੱਥੇ ਕੀ ਹੈ, ਸਬਜ਼ੀਆਂ ਉੱਥੇ ਲਾਉਣ ਵਾਸਤੇ ਜਗ੍ਹਾ ਹੈਗੀ ਆ। ਅਤੇ ਇੱਕ ਮੈਂ ਇਹਨਾਂ ਨੂੰ ਹੋਰ ਬੇਨਤੀ ਕੀਤੀ ਸੀ ਕਿ ਤੁਸੀਂ ਜਿਹੜਾ ਨਾ ਉੱਥੇ ਉਸਾਰੀ ਕਰਨੀ ਆ, ਕੁਦਰਤ ਨਾਲ ਛੇੜਛਾੜ ਨਾ ਕਰਿਓ, ਕੁਦਰਤ ਨੇ ਬਹੁਤ ਵਧੀਆ ਵੇਲ ਬੂਟੇ ਫੁੱਲ ਪਾਏ ਬਣਾਏ ਹੋਏ ਆ, ਇਹਨਾਂ ਨੂੰ ਛੇੜਛਾੜ ਨਾ ਕਰਿਓ। ਇਹਨਾਂ ਨੇ ਕੀ ਕੀਤਾ,
ਹੁਣ ਜਿਹੜਾ ਉੱਥੇ ਬਿਲਡਿੰਗ ਵੀ ਬਣਾ ਰਿਹਾ ਉੱਥੇ ਇਹਨਾਂ ਨੇ ਉਹ ਛੰਨਾਂ ਬਣਾਤੀਆਂ ਕਾਨਿਆਂ ਦੀਆਂ ਅੰਦਰੋਂ ਚਾਹੇ ਫੈਂਸੀ ਹੈ ਉਹ ਬਹੁਤ ਵਧੀਆ ਇੱਕ ਇੱਕ ਦੇ ਉੱਪਰ ਕਹਿੰਦੇ 4-5 ਲੱਖ ਰੁਪਇਆ ਲੱਗ ਜਾਂਦਾ ਉਹਦੇ ਨਾਲ ਕਿਚਨ ਵੀ ਹੈ ਉਹਦੇ ਨਾਲ ਬਹੁਤ ਕੁਛ ਹੈ 19 ਨੂੰ ਇਹਨਾਂ ਨੇ ਪ੍ਰੋਗਰਾਮ ਰੱਖਿਆ ਉੱਥੇ ਪਹਿਲਾਂ 19 ਤਰੀਕ ਨੂੰ ਅਤੇ ਇੱਥੇ ਗੜਸ਼ੰਕਰ ਤੋਂ ਬੱਸਾਂ ਦਾ ਇੰਤਜ਼ਾਮ ਵੀ ਹੈ ਸੋਸ਼ਲ ਮੀਡੀਆ 'ਤੇ ਵੀ ਕਾਫੀ ਪ੍ਰਚਾਰ ਕਰ ਰਿਹਾ ਇਹ ਬਹੁਤ ਵੱਡੇ ਲੈਵਲ 'ਤੇ ਇਹ ਉਹਨਾਂ ਨੇ ਫੰਕਸ਼ਨ ਉਲੀਕਿਆ ਹੈ ਅਤੇ ਮੈਂ ਤਾਂ ਇਸੇ ਹੀ ਚਾਅ ਵਿੱਚ ਕਿ ਚਲੋ ਲੇਖਕਾਂ ਦਾ ਇੱਕ ਆਸ਼ਰਮ ਬਣ ਰਿਹਾ ਇਹ ਤੁਹਾਨੂੰ ਸੱਦਾ ਦਿੰਦਾ ਕਿ ਜਿੰਨੇ ਵੀ ਜਿਹੜੇ ਮਿੱਤਰ ਦੋਸਤ ਅਦੀਬ ਕਲਾਕਾਰ ਹੈਗੇ ਆ ਉਹਦੇ ਵਿੱਚ ਸ਼ਾਮਿਲ ਹੋ ਸਕਣਗੇ ਤਾਂ ਵਧੀਆ ਗੱਲ ਵਾ ਇਹ ਕੋਈ ਸਾਡੇ ਵਰਗੇ ਲੇਖਕਾਂ ਦਾ ਕੋਈ ਆਸਰਾ ਬਣ ਰਿਹਾ ਅਤੇ ਮੈਂ ਤਾਂ ਕਹਿੰਦਾ ਸਰਕਾਰ ਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਸਿੱਧੂ ਸਾਹਿਬ ਬੈਠੇ ਆ ਸਾਡਾ ਇਹ ਸੁਨੇਹਾ ਉੱਥੇ ਪਹੁੰਚਾਉਣ ਠੀਕ ਨਹੀਂ ਅਤੇ ਉਸ 19 ਵਾਲੇ ਫੰਕਸ਼ਨ ਦੇ ਵਿੱਚ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਇਹ ਬੇਨਤੀ ਕਰਦਾ ਕਿ ਸਾਰੇ ਉੱਥੇ ਹੁੰਮ ਹੁੰਮਾ ਕੇ ਆਓ ਬਹੁਤ ਬਹੁਤ ਸ਼ੁਕਰੀਆ ਡੋਗਰਾ ਸਾਹਿਬ ਕਿਆ ਬਾਤਾਂ ਤੁਹਾਡੀ ਆਵਾਜ਼ ਦਾ ਮੈਂ ਕਾਇਲ ਹੋ ਗਿਆ